स्वागत है दोस्तों तुहाडा अपना सांझा पंजाब टीवी ते मैं हाँ भुपिंदर सिंह सज्जन। सन 2009 दे विच RSS दे पंजाब प्रधान रुलदा सिंह दा कतल हुंदा। उस कतल केस दे विच बरतानिया दे तीन सिंघां दा नाम भी नामजद किया जाता हैगा। परचे दे विच उन्हां दे नाम भी शामिल किए जाते हैं। उन्हां दे नाम ने गुरशरणवीर सिंह वाहीवाल ते एक हैगे ने दूजे उन्हां दे भरा अमृतवीर सिंह वाहीवाल ते तीजे हैगे ने प्यारा सिंह गिल। इन्हां तिन्नां दा ही नाम उस परचे दे विच शामिल सीगा। इन्हां तिन्नां ही सिंघां नूं उस समय ब्रिटेन की वैसट मिडलैंड्स पुलिस दे वल्लों गिरफ़्तार भी किया गया सीगा और बाद विच फिर उन्हां नूं शर्तां दे आधार ते जमानत भी दे दित्ती गई सीगी। और उस तों बाद हुण क्योंकि भारत विच केस दर्ज हैगा, इस करके भारत की गवर्नमेंट उत्थों की सरकार दे कोलों मंग करदी है भई इह सानूं लोड़ींदे ने ते इन्हां सिंघां नूं साडे हवाले किया जावे। अज वड्डी गिणती विच सिख भाईचारे दे लोक उत्थे बरतानिया विच एकत्र हुंदे ने और उस तों बाद उत्थे एक वड्डा फैसला क्राउन प्रोसीक्यूशन सर्विस ने सुनाया। अज उत्थे फैसला यह सुनाया गया हैगा भई जिहड़े उह तिन्नों ही सिंघ हैगे ने जिहड़े इस केस दे विच नामजद जिन्हां दा नाम हैगा भी उन्हां तिन्नों ही बरतानिया दे सिखां नूं भारत दे हवाले नहीं किया जाऊंगा और जिहड़ा उन्हां दे उपर मुकदमा सीगा उस मुकदमे नूं भी रद्द कर दिता गया हैगा। ਉਹ ਹੁਣ ਉਹਨਾਂ ਨੂੰ ਭਾਰਤ ਡਿਪੋਰਟ ਨਹੀਂ ਕੀਤਾ ਜਾਊਗਾ। ਸੋ ਇਸ ਮਾਮਲੇ ਦੇ ਵਿੱਚ ਵੱਡੀ ਗਿਣਤੀ ਵਿੱਚ ਜਿੱਥੇ ਸਿੱਖ ਹਾਜ਼ਰ ਸੀਗੇ ਉੱਥੇ ਸਰਦਾਰ ਮਨਪ੍ਰੀਤ ਸਿੰਘ ਉਹ ਵੀ ਹਾਜ਼ਰ ਸੀਗੇ। ਆਪਾਂ ਉਹਨਾਂ ਦੀ ਵੀ ਗੱਲਬਾਤ ਸੁਣ ਲੈਂਦੇ ਹਾਂ। ਉਹਨਾਂ ਨੇ ਵੀ ਪੂਰੇ ਵਿਸਥਾਰ ਦੇ ਵਿੱਚ ਸਾਰਾ ਕੁਝ ਦੱਸਿਆ ਹੈਗਾ ਵੀ ਕੀ ਕੇਸ ਸੀਗਾ ਔਰ ਅੱਜ ਕਿਵੇਂ ਉਹਨਾਂ ਨੇ ਮਿਹਨਤ ਕੀਤੀ ਆ ਉਹਨਾਂ ਦੇ ਸਾਥੀਆਂ ਨੇ ਸਾਰਿਆਂ ਨੇ ਮਿਲ ਜੁਲ ਕੇ ਔਰ ਕਿਵੇਂ ਫਿਰ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ। ਸੁਣਦੇ ਜਾਇਓ ਸਰਦਾਰ ਮਨਪ੍ਰੀਤ ਸਿੰਘ ਹੋਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। संगत जी, तुसी सब जानते हो कि अज एक इंपोर्टेंट केस की हेयरिंग सी वैसट मिडलैंड 3। ये केस इंडिया वालों एक एक्सट्रेडिशन ऑर्डर के थ्रू जिहड़ा कि प्रीति पटेल जिहड़ी कि यूके की होम सैकटरी उन्हें साइन किया सी, एक्सट्रेडिशन मंगी गई सी इन्हां तीन नौजवानों की एक पुराने केस विच 2011 जिन्हों की पहले ही इत्थे दी पुलिस इंडिपेंडेंटली इनवैसटीगेट करके और नो फरदर एक्शन दे के इन्हां मुंडियां नूं रिहा कर चुकी सी। पर ਇਹ ਐਕਸਟ੍ਰੈਡੀਸ਼ਨ ਜੋ ਕਿ ਕਲੀਅਰ ਕੱਟ ਹੋ ਚੁੱਕਾ ਕਿ ਇੱਕ ਪੋਲੀਟੀਕਲੀ ਮੋਟੀਵੇਟਡ ਸੀ ਤੇ ਅੱਜ ਕੋਰਟ ਨੇ ਇਸ ਐਕਸਟ੍ਰੈਡੀਸ਼ਨ ਨੂੰ ਇਸ ਕੇਸ ਨੂੰ ਡਿਸਮਿਸ ਕਰ ਦਿੱਤਾ ਲੈਕ ਆਫ ਐਵੀਡੈਂਸ ਦੇ ਬਿਨਾਂ ਤੇ। ਕੋਰਟ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਟੈਂਪਰਿੰਗ ਆਫ ਐਵੀਡੈਂਸ ਕੀਤਾ ਗਿਆ ਸੀਗਾ ਔਰ ਨਾਲ ਹੀ ਨਾਲ ਜਿਹੜਾ ਹੈ ਕਿ ਇਹ ਜਿਸ ਤਰ੍ਹਾਂ ਐਕਸਟ੍ਰੈਡੀਸ਼ਨ ਮੰਗੀ ਗਈ ਸੀ ਉਸ ਵਿੱਚ ਕੋਈ ਦਮ ਨਹੀਂ ਸੀ। ਸੋ ਇੰਡੀਆ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ ਯੂਕੇ ਦੀ ਕੋਰਟ ਵੱਲੋਂ ਔਰ ਮੈਂ ਜ਼ਰੂਰ ਮੰਨਦਾ ਕਿ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਇਹਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ, ਉਹਨਾਂ ਦੀਆਂ ਅਰਦਾਸਾਂ ਰੰਗ ਲਿਆਈਆਂ ਔਰ ਗੁਰੂ ਸਾਹਿਬ ਆਪ ਸਹਾਈ ਹੋਏ ਨੇ। ਇਹ ਕੇਸ ਡਿਸਮਿਸ ਹੋ ਗਿਆ ਤੇ ਇਸ ਦੇ ਤੇ ਹੋਰ ਫਰਦਰ ਐਕਸ਼ਨ ਨਹੀਂ ਹੈ। ਪਰ ਮੈਨੂੰ ਇਹ ਲੱਗਦਾ ਕਿ ਸਿੱਖ ਜਗਤ ਨੂੰ ਹੁਣ ਇਸ ਚੀਜ਼ ਨੂੰ ਅਗਲੇ ਲੈਵਲ ਤੇ ਲੈ ਕੇ ਜਾਣਾ ਚਾਹੀਦਾ। ਇਹ ਇੱਥੇ ਦੇ ਸਿਟੀਜ਼ਨਸ ਨੂੰ ਬਿਟਰੇ ਕਰਨ ਦਾ ਵੀ ਇੱਕ ਵਜ੍ਹਾ ਸੀ, ਇੱਕ ਤਰੀਕਾ ਸੀ ਤੇ ਨਾਲ ਹੀ ਨਾਲ ਜਿਹੜੀ ਟੈਕਸਪੇਅਰ ਦੀ ਮਨੀ ਹੈ ਉਹ ਕਿੰਨੀ ਵੇਸਟ ਹੋਈ ਹੈ। ਔਰ ਡਿਸੰਬਰ ਤੋਂ ਜਦੋਂ ਇਹਨਾਂ ਡਿਸੰਬਰ 2020 ਜਦੋਂ ਇਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਮੈਂਟਲ ਟਰੋਮਾ ਤੋਂ ਇਹ ਨੌਜਵਾਨ ਜਾਂ ਇਹਨਾਂ ਦੀ ਫੈਮਿਲੀ ਗੁਜ਼ਰੀ ਹੈ ਉਹਦੀ ਭਰਪਾਈ ਕੌਣ ਕਰੇਗਾ? ਸੰਗਤ ਦੇ ਵੀ ਰਿਸੋਰਸਿਸ ਲੱਗੇ, ਸੰਗਤ ਦੇ ਵੀ ਇਮੋਸ਼ਨਸ ਜਿਹੜੇ ਨੇ ਉਹ ਕਿੰਨਾ ਕੁਛ ਇਨਫਲਿਕਟ ਹੋਇਆ ਇੰਨੇ ਪਿਛਲੇ ਕੁਛ ਦਿਨਾਂ ਦੇ ਵਿੱਚ, ਆਖਿਰ ਉਹਦੀ ਭਰਪਾਈ ਕੌਣ ਕਰੇਗਾ? ਭਾਰਤ ਦੀ ਸਰਕਾਰ ਇੱਕ ਵਾਰੀ ਫਿਰ ਆਪਣਾ ਮੂੰਹ ਕਾਲਾ ਕਰਾ ਚੁੱਕੀ ਹੈ। ਜਿਸ ਤਰ੍ਹਾਂ ਦੇ ਇਨਵੈਸਟੀਗੇਸ਼ਨ ਲਈ ਜਿਹੜੇ ਨੇ ਪ੍ਰੂਫ ਦਿੱਤੇ ਗਏ ਸਨ ਉਹਦੇ ਵਿੱਚ FIR ਵੀ ਟੈਂਪਰ ਕੀਤਾ ਗਿਆ ਸੀ, ਜਿਹੜੇ SSP ਨੇ ਪ੍ਰੂਫ ਦਿੱਤੇ ਸਨ ਉਹ ਖੁਦ ਹਿਊਮਨ ਰਾਈਟ ਵਾਇਓਲੇਸ਼ਨਸ ਦੇ ਵਿੱਚ ਅਲੈਜਡਲੀ ਜ਼ਿੰਮੇਵਾਰ ਹੈ। ਇੱਕ ਐਕਟਿਵਿਸਟ ਜਿਹੜਾ ਹਿਊਮਨ ਰਾਈਟ ਐਕਟਿਵਿਸਟ ਦੀ ਜਿਹੜੀ ਟੋਰਚਰ ਵਾਸਤੇ। ਸੋ ਆਖਿਰ ਕਦੋਂ ਹਿੰਦੁਸਤਾਨ ਬੰਦ ਕਰੇਗਾ ਇਹੋ ਜਿਹੇ ਅਟੈਂਪਟ ਕਰਨਾ? ਖੈਰ ਐਟ ਦੀ ਐਂਡ ਸੱਚ ਦੀ ਜਿੱਤ ਹੋਈ ਹੈ ਔਰ ਜਿਹੜੀ ਇੰਡੀਆ ਹੈ ਉਹਦਾ ਇਹ ਫੇਲਡ ਐਕਸਟ੍ਰੈਡੀਸ਼ਨ ਅਟੈਂਪਟ ਜਿਹੜਾ ਇਹ ਮੰਨਿਆ ਗਿਆ ਔਰ ਮੇਰੇ ਹਿਸਾਬ ਨਾਲ ਇੱਕ ਹੋਰ ਨੈਸ਼ਨਲ ਸ਼ੇਮ ਜਿਹੜੀ ਹੈ ਉਹ ਇੰਡੀਆ ਦੀ ਪੂਰੇ ਸਿਸਟਮ 'ਤੇ ਇਨਫਲਿਕਟ ਹੋਈ ਹੈ। ਸੋ ਸੰਗਤ ਜੀ, ਅਸੀਂ ਹੁਣ ਇੱਥੇ ਹੀ ਨਹੀਂ ਰੁਕਣਾ, ਅਸੀਂ ਇਸ ਚੀਜ਼ ਨੂੰ ਅੱਗੇ ਵੀ ਲੈ ਕੇ ਜਾਣਾ। ਇਹ ਪੋਲੀਟੀਕਲੀ ਮੋਟੀਵੇਟਡ ਕੇਸ ਨੂੰ ਵੀ ਅਸੀਂ ਸਵਾਲ ਪੁੱਛਣੇ ਨੇ। ਇੱਥੇ ਦੇ UK ਦੇ ਲਾਅ ਦੇ ਅਕੋਰਡਿੰਗ ਇੱਥੇ ਦੀ ਗਵਰਨਮੈਂਟ ਨੇ ਕਿਸ ਤਰੀਕੇ ਦੇ ਨਾਲ ਐਡੀ ਹਲਕੀ ਇਨਵੈਸਟੀਗੇਸ਼ਨ ਦੇ ਉੱਤੇ ਜਿਹੜੇ ਨੇ ਉਹ ਐਕਸਟ੍ਰੈਡੀਸ਼ਨ ਵਾਰੰਟ ਜਿਹੜੇ ਨੇ ਸਾਈਨ ਕਰ ਦਿੱਤੇ ਸਨ, ਕੀ ਵਜ੍ਹਾ ਸੀ ਉਹਦੇ ਪਿੱਛੇ, ਕਿਹੜਾ ਪੋਲੀਟੀਕਲ ਪ੍ਰੈਸ਼ਰ ਸੀ, ਕਿਹੜੀ ਟ੍ਰੇਡ ਡੀਲ ਸੀ, ਇਹਦੇ ਬਾਰੇ ਵੀ ਸਾਨੂੰ ਜਾਣਨ ਦੀ ਲੋੜ ਹੈ। ਤੇ ਨਾਲ ਹੀ ਨਾਲ ਜਦਕਿ ਹੁਣ ਸਾਬਿਤ ਹੋ ਚੁੱਕਾ
कि इंडिया जेड़ा है ਉਹ ਇਸ ਤਰ੍ਹਾਂ ਦੇ ਬੌਚਡ ਅਪ ਇਨਵੈਸਟੀਗੇਸ਼ਨ ਤੇ ਫੈਬਰੀਕੇਟਿਡ ਜਿਹੜੇ ਪ੍ਰੂਫਸ ਨੇ ਉਹ ਪੇਸ਼ ਕਰਕੇ ਸਿੰਘਾਂ ਦੀ ਹਵਾਲਗੀ ਮੰਨਦਾ ਕਿ ਦੁਬਾਰਾ ਫਿਰ ਕੀ ਗਾਰੰਟੀ ਹੈ ਕਿ ਉਹ ਇਹੋ ਜਿਹੀਆਂ ਫਿਰ ਐਕਸਟ੍ਰੈਡੀਸ਼ਨ ਮੰਗ ਕੇ ਕੌਮ ਨੂੰ ਟਰਾਮਾ 'ਚ ਨਹੀਂ ਪਾਉਣਗੀਆਂ ਸੋ ਇਹ ਵੀ ਗੱਲ ਹੈ ਸੋ ਆਉਣ ਵਾਲੇ ਸਮੇਂ 'ਚ ਇਹਦੇ ਲਈ ਵੀ ਕੋਈ ਜਿਹੜੀ ਹੈ ਰਾਜਨੀਤੀ ਉਲੀਕਣ ਦੀ ਲੋੜ ਹੈ ਸੋ ਹਾਲੇ ਤੱਕ ਇਸ ਕੇਸ ਦੀ ਇਹੀ ਅਪਡੇਟ ਹੈ ਸੰਗਤ ਦੀ ਜਿੱਤ ਹੋਈ ਹੈ ਖਾਲਸਾ ਪੰਥ ਦੀ ਜਿੱਤ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।